ਸਤਿ ਸ਼੍ਰੀ ਅਕਾਲ ਜੀ, ਮੈਂ ਮੌਲਨਾ ਸੋਢੀ ਅਤੇ ਅੱਜ ਮੈਂ ਇੰਨਾ ਸੱਜ ਸਵਰ ਕੇ ਆਈ ਸੀ। ਮੈਨੂੰ ਲੱਗਿਆ ਸਾਡੀ ਫਿਲਮ ਦੀ ਪ੍ਰਮੋਸ਼ਨ ਆ, ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤਾਂ ਮੇਰਾ ਇੰਟਰਵਿਊ ਲੈਣਗੇ, ਪਰ ਆਪ ਸਾਰੇ ਪਤਾ ਨਹੀਂ ਕਿੱਥੇ ਨੇ, ਮੈਨੂੰ ਇੰਨਾ ਔਖਾ ਕੰਮ ਦਿੱਤਾ। ਮੈਨੂੰ ਲੱਗ ਰਿਹਾ ਮੈਨੂੰ ਆਪਣੇ ਆਪ ਹੀ ਪ੍ਰਮੋਸ਼ਨ ਕਰਨੀ ਪਊਗੀ, ਮੈਨੂੰ ਕੱਲੀ ਨੂੰ ਇੰਟਰਵਿਊ ਦੇਣਾ ਪਊਗਾ। ਤੁਹਾਡੇ ਕਰਕੇ ਮੇਰੀ ਬੇਇੱਜ਼ਤੀ ਹੋ ਰਹੀ ਆ। ਮੈਂ ਤੁਹਾਡੀ ਬੇਇੱਜ਼ਤੀ ਦਾ ਇੰਤਕਾਮ ਕਰਾਂਗਾ। ਗੱਲ ਕਰ ਲਈਏ ਭਾਈ। ਤੁਸੀਂ ਮੈਨੂੰ ਬੁਲਾਇਆ, ਮੈਂ ਕੱਲੀ ਉੱਥੇ ਬਾਹਰ ਖੜੀ ਆ, ਮਾਈਕ ਲੈ ਕੇ ਮੈਨੂੰ ਲੱਗੇ ਮੈਨੂੰ ਹੀ ਕਰਨਾ ਪਊਗਾ ਕੱਲੀ ਨੂੰ। ਕਿੱਦਾਂ ਦੀ ਗੱਲ ਹੈ, ਮੈਂ ਤਾਂ ਹਮੇਸ਼ਾ ਸੋਹਣੀ ਲੱਗਦੀ ਆ, ਬਟ ਮੈਂ ਉੱਦਾਂ ਕਹਿ ਰਹੀ ਮੈਨੂੰ ਉੱਥੇ ਬਹਿ ਲੈਣ ਦੋ, ਮੇਰੀ ਲੈਫਟ ਪ੍ਰੋਫਾਈਲ ਜ਼ਿਆਦਾ ਸੋਹਣੀ ਆਉਂਦੀ ਆ। ਬਟ ਹੁਣ ਇੰਟਰਵਿਊ ਕਿਹਨੇ ਕਰਨੀ, ਇਹਨਾਂ ਨਹੀਂ ਕਰਨੀ ਕੋਈ, ਮੈਂ ਕਰਾਂਗੀ ਇਹਨਾਂ ਨੂੰ ਲੈ ਦਿੱਤੀ ਇੰਟਰਵਿਊ ਇਦਾਂ ਲੱਗ ਰਿਹਾ। ਹਾਂ ਦੇਖੋ ਹੁਣ ਫਾਈਨਲ, ਹਾਂ ਫਾਈਨਲ ਫਾਈਨਲ ਮੁਕਾਬਲਾ ਸ਼ੁਰੂ, ਰੈਡੀ ਸਟੈਂਡ ਇੰਡੀਆ ਗੋ। 5 ਘੰਟੇ ਆਪਣੇ ਕੈਰੇਕਟਰ ਚੋਂ ਬਾਹਰ ਨਹੀਂ ਨਿਕਲੇ। 5 ਘੰਟੇ ਬਾਅਦ ਜਿਸ ਟਾਈਮ ਸ਼ਾਟ ਖਤਮ ਹੋਇਆ, ਸਭ ਮਤਲਬ ਉੱਥੇ ਕਲੈਪਿੰਗਸ ਕਰ ਰਹੇ ਸੀਗੇ, ਮਤਲਬ 20 ਮਿੰਟ ਕਲੈਪਿੰਗ ਹੋਈ ਉਸ ਕਹਿ ਕੇ, ਮਤਲਬ ਕਹਿਣਾ ਪੈਂਦਾ ਸੀ ਯਾਰ ਉਮਲੀ ਨਾ ਉਹ ਲੰਚ ਬ੍ਰੇਕ ਹੋ ਗਈ, ਰੋਟੀ ਖਾਣੀ ਨਹੀਂ, ਨਹੀਂ ਤੁਸੀਂ ਖਾ ਲਓ, ਮੈਂ ਭੁੱਖ ਨਹੀਂ, ਮੇਰਾ ਧਿਆਨ ਨਹੀਂ, ਮਤਲਬ ਐਡੀ ਡੈਡੀਕੇਸ਼ਨ ਦੇ ਨਾਲ ਇਹਨੇ ਕੰਮ ਕੀਤਾ ਕੁੜੀ ਨੇ। ਸਾਡਾ ਡਾਇਰੈਕਟਰ ਬਹੁਤ ਸੀਰੀਅਸ ਸੀ, ਮਤਲਬ ਉਹਨੇ ਮਤਲਬ ਫਾਲਤੂ ਗੱਲ ਹੀ ਨਹੀਂ ਕਰਨੀ ਕਿਸੇ ਨਾਲ, ਉਹਨੇ ਬਸ ਆਪਣੇ ਕਾਪੀ ਲੈ ਕੇ ਜਿਸ ਟਾਈਮ ਫ੍ਰੀ ਹੋਇਆ ਛੋਟ ਰਿਹਾ ਕਾਪੀ ਲੈ ਕੇ ਸਾਈਡ 'ਤੇ ਹੋਣਾ, ਹੁਣ ਡਾਇਰੈਕਟਰ ਸੀਰੀਅਸ, ਸਭ ਨੂੰ ਸੀਰੀਅਸ ਲੈਣਾ ਪਊਗਾ। ਦੱਸ ਨਹੀਂ ਸਕਦੀ ਮੈਂ, ਮੈਨੂੰ ਇੰਨਾ ਵਧੀਆ ਲੱਗਿਆ ਨਾ ਇਹ ਕਰੈਕਟਰ ਕਰਕੇ, ਮੇਰਾ ਜਿਹੜਾ ਕਰੈਕਟਰ ਹੈ ਉਹਦਾ ਨਾਮ ਰੂਪ ਆ, ਹੈ ਨਾ, ਅਤੇ ਰੂਪ ਮੈਨੂੰ ਲੱਗਦਾ ਹੈ ਕਿ ਰੂਪ ਦੇ ਇੰਨੇ ਸਾਰੇ ਸ਼ੇਡਸ ਨੇ ਨਾ, ਤੁਸੀਂ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ। ਅਤੇ ਬਹੁਤ ਵਧੀਆ, ਔਰ ਇਹਨਾਂ ਦੇ ਜ਼ਿਹਨ 'ਚ ਤਾਂ ਇੱਦਾਂ ਦੇ ਪਤਾ ਨਹੀਂ ਕਿੰਨੇ ਆਈਡੀਏ ਪਏ ਹਲੇ, ਜਿਹੜੇ ਕਿਸੇ ਨੇ ਸੋਚਿਆ ਤੱਕ ਨਹੀਂ ਕਿਸੇ ਨੇ। ਮੈਨੂੰ ਬਹੁਤ ਵਧੀਆ ਲੱਗ ਰਿਹਾ, ਅਤੇ ਮੇਰੇ ਲਈ ਇਹ ਸਾਰੀ ਮਤਲਬ ਇਹ ਸਭ ਸੁਣਨਾ ਨਾ ਬਹੁਤ ਮਾਣ ਦੀ ਗੱਲ ਹੈ ਮੈਨੂੰ ਬਹੁਤ। ਮੈਨੂੰ ਸੱਚੀ ਦੱਸੋ, ਮੈਂ ਬਹੁਤ ਇਮੋਸ਼ਨਲ ਹੋ ਰਹੀ ਹਾਂ ਇਸ ਵਕਤ। ਸੋ ਗਾਇਸ, 16 ਦਸੰਬਰ ਨੂੰ ਜੇ ਤੇਰੇ ਨਾਲ ਇਸ਼ਕ ਨਾ ਹੁੰਦਾ ਤਾਂ ਕੀ ਹੁੰਦਾ, ਤੇਰੇ ਨਾਲ ਪਿਆਰ ਨਾ ਹੁੰਦਾ ਤਾਂ ਕੀ ਹੁੰਦਾ। ਯਾਰ ਮੈਂ ਇਸ਼ਕ ਕਰ ਲਿਆ, ਪਿਆਰ ਕਰ ਲਿਆ, ਮੁਹੱਬਤ ਕਰ ਲਈ, ਜਿਉਂਦੇ ਰਹੋ, ਵੱਧਦੇ ਰਹੋ, ਖੁਸ਼ ਰਹੋ। ਕਮਲੀ ਉਹ ਆਸ਼ਕੀ ਨਹੀਂ ਸੀ, ਭਗਤੀ ਸੀ, ਤੇਰੇ ਵਰਗਾ ਰੱਬ ਬਣ। ਮੈਨੂੰ ਹੁਣ ਤੇਰੇ ਨਾਲ ਪਿਆਰ ਨਹੀਂ ਰਿਹਾ, ਕਿਉਂਕਿ ਹੁਣ ਪਿਆਰ ਮੇਰੇ ਨਾਲ ਹੋ ਗਿਆ। ਚੱਲ ਭੱਜੀਏ, ਚੱਲ। ਅੱਜ ਮੇਰਾ ਇਹ ਹਾਲ ਨਾ ਹੁੰਦਾ ਜੇ ਤੇਰੇ ਨਾਲ ਪਿਆਰ ਨਾ ਹੁੰਦਾ, 16 ਦਸੰਬਰ 2022 ਸਿਨੇਮਾਘਰ 'ਚ ਲੱਭੋ। ਲਓ ਜੀ, ਸਾਡੇ ਨਾਲ ਸਟਾਰਕਾਸਟ ਬੈਠੀ, ਅੱਜ ਮੈਂ ਸਿਤਾਰਿਆਂ ਦੇ ਵਿੱਚ ਬੈਠਾ, ਸੋ ਮੈਨੂੰ ਬਹੁਤ ਮੈਂ ਭਰਮਾ ਭਰਮਾ ਫੀਲ ਕਰ ਰਿਹਾ। ਸੋ ਫਸਟ ਆਫ ਆਲ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ, ਆਹ ਫਿਲਮ ਆ ਰਹੀ ਹੈ ਆਪਣੀ, ਡਿਸੰਬਰ ਫੈਸਟੀਵਲ ਸੀਜ਼ਨ ਆ, ਐਂਡ ਫਸਟ ਆਫ ਆਲ ਭਾਅ ਜੀ ਫਿਲਮ ਦਾ ਜਿਹੜਾ ਮਿਊਜ਼ਿਕ ਆ ਅਤੇ ਜਿਹੜੀ ਥੀਮ ਜਿਸ ਅਕੋਰਡਿੰਗਲੀ ਆਪਾਂ ਟ੍ਰੇਲਰ ਦੇਖ ਰਹੇ ਹਾਂ, ਟ੍ਰੇਲਰ ਸਾਰਾ ਲਵੇਬਲ, ਇਸ਼ਕ, ਮੁਹੱਬਤ, ਪਿਆਰ, ਧੋਖਾਧੜੀ ਵੀ ਆਉਂਦੀ ਹੈ। ਨਹੀਂ, ਸਾਰੀਆਂ ਚੀਜ਼ਾਂ ਜ਼ਰੂਰੀ ਨੇ ਕਿ ਟ੍ਰੇਲਰ 'ਚ ਪਾ ਦਈਏ, ਫਿਲਮ 'ਚ ਵੀ ਦਿਖਾਉਣਾ ਕੁਛ ਨਾ ਕੁਛ, ਹੈ ਨਾ। ਬਿਲਕੁਲ ਲਾਜ਼ਮੀ ਕੋਮੇਡੀ ਵੀ ਹੈਗੀ ਹੈ ਵਿੱਚ, ਚਲੋ ਇਮੋਸ਼ਨਸ ਤਾਂ ਹੈਗੇ ਆ, ਤੁਸੀਂ ਟ੍ਰੇਲਰ 'ਚ ਦੇਖਿਆ ਲਵ ਹੈ, ਹੈ ਨਾ, ਰੋਮੈਂਸ ਆ, ਸਾਰਾ ਕੁਛ ਹੈ। ਸੋ ਸਾਰੇ ਫਲੇਵਰ ਤੁਹਾਨੂੰ ਥੋੜ੍ਹੇ ਥੋੜ੍ਹੇ ਕਰਕੇ ਮਿਲਣਗੇ, ਹਾਂਜੀ ਹਾਂਜੀ, ਪੈਕੇਜ ਕਹਿ ਸਕਦੇ ਹਾਂ, ਇੱਦਾਂ ਦੀ ਗੱਲ ਨਹੀਂ, ਥੋੜ੍ਹਾ ਜਿਹਾ ਐਕਸ਼ਨ ਵੀ ਮਿਲ ਜੂਗਾ, ਅਤੇ ਬਾਕੀ ਮਿਊਜ਼ਿਕ ਤਾਂ ਸਾਡਾ ਬਾ ਕਮਾਲ, ਹੈ ਨਾ, ਸਾਨੂੰ, ਹੈ ਨਾ, ਬਿਲਕੁਲ ਭਾਅ ਜੀ ਨੇ 4 ਜਣ ਲਾਏ ਹੋਏ, ਮੈਂ ਪਹਿਲਾਂ ਵੀ ਕਿਹਾ, ਅਤੇ ਬਹੁਤ ਵਧੀਆ ਭਾਅ ਜੀ। ਡਾਇਰੈਕਟਰ ਸਾਹਿਬ ਤੁਸੀਂ ਨਾਲ ਬੈਠੇ ਹੋ, ਫਸਟ ਆਫ ਆਲ ਜਦੋਂ ਸਟੋਰੀ ਆਪਾਂ ਲਿਖਦੇ ਹਾਂ, ਹੈ ਨਾ, ਲਿਖਣੀ ਸ਼ੁਰੂ ਕਰਦੇ, ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਉਹਨੂੰ ਪੜਾਅ ਤੱਕ ਪਹੁੰਚਾਉਣਾ ਹੁੰਦਾ, ਕਈ ਚੇਂਜਿਸ ਆਉਂਦੀਆਂ, ਚੇਂਜਿਸ ਆਈਆਂ ਕਿ ਜਿਹੜੀ ਲਿਖ ਕੇ ਸਟੀਕ ਹੋ ਗਈ ਹੁਣ ਇਹੀ ਚੱਲਣੀ ਆ? ਨਹੀਂ, ਦੇਖੋ ਇੰਪਰੂਵਮੈਂਟ ਤਾਂ ਜ਼ਰੂਰੀ ਆ ਹਰ ਚੀਜ਼ ਦੇ ਵਿੱਚ, ਜਿਹੜੀ ਵੀ ਬਣਦੀ ਆ, ਐਂਡ ਉਹਦੇ ਵਿੱਚ ਸਾਡੇ ਵੀ ਕਾਫੀ ਡਰਾਫਟ ਬਣੇ, ਸਟੋਰੀ ਦੇ ਵੀ ਬਣੇ, ਮਿਊਜ਼ਿਕ ਦੇ ਵੀ ਡਰਾਫਟ ਬਣੇ ਈਵਨ ਕਿ ਸਾਡੇ। ਸੋ ਇੰਪਰੂਵਮੈਂਟ ਤਾਂ ਜ਼ਰੂਰੀ ਆ, ਚੇਂਜਿਸ ਹੁੰਦੀਆਂ, ਡੈਫੀਨੇਟਲੀ ਹੁੰਦੀਆਂ। ਅਕੋਰਡਿੰਗ ਟੂ ਤੁਹਾਡੇ ਨੇਚਰ, ਅੱਛਾ, ਇਹ ਖੱਪ ਖੁੱਪ ਪਾਉਂਦੇ ਸੀ ਕਿ ਸਾਈਡ 'ਤੇ ਸੀਰੀਅਸ ਹੁੰਦੇ ਸੀਗੇ, ਕਿੱਦਾਂ? ਮੈਂ ਖੱਪ ਨਹੀਂ ਪਾਈ, ਮੈਂ ਬਹੁਤ ਸਿੰਸੀਅਰ ਹੋ ਕੇ ਕੰਮ ਕੀਤਾ ਹੈ, ਅਤੇ ਮੈਨੂੰ ਸੀ, ਮੈਂ ਆਪਣਾ 100% ਮੈਂ ਆਪਣਾ ਜਿੰਨਾ ਹੋ ਸਕਦਾ ਮੈਂ ਦਵਾਂ, ਮੇਰੇ ਮਤਲਬ ਮੈਨੂੰ ਨਹੀਂ ਲੱਗਦਾ ਮੈਂ 100% ਦਿੱਤਾ ਹਲੇ, ਉਹ ਡਾਇਰੈਕਟਰ ਸਾਹਿਬ ਦੱਸਣਗੇ, ਉਹੀ ਦੱਸ ਸਕਦੇ ਨੇ। ਮਤਲਬ ਬੀਇੰਗ ਐਨ ਆਰਟਿਸਟ ਮੈਨੂੰ ਨਹੀਂ ਲੱਗਦਾ ਕਿ ਮੈਂ, ਪਤਾ ਨਹੀਂ, ਮਤਲਬ ਮੈਂ ਕਨਫਿਊਜ਼ ਰਹਿੰਦੀ ਹਾਂ, ਉਹ ਆਡੀਅੰਸ ਦੱਸੂਗੀ 16th of December ਨੂੰ ਜਾ ਕੇ, ਉਹੀ ਦੱਸ ਸਕਦੇ ਨੇ ਕਿ ਮੈਂ ਕਿੰਨਾ ਕੁਛ। ਯੂਨੀਕ ਚੀਜ਼ ਇਹਦੇ 'ਚ ਕੀ ਲੱਗਾ ਤੁਹਾਨੂੰ? ਯੂਨੀਕ ਮੇਰਾ ਕਰੈਕਟਰ, ਸਭ ਕੁਛ ਆ ਉਹਦੇ ਵਿੱਚ, ਸਭ ਕੁਛ ਆ, ਮਤਲਬ ਮੈਂ ਦੱਸ ਨਹੀਂ ਸਕਦੀ, ਮੈਨੂੰ ਇੰਨਾ ਵਧੀਆ ਲੱਗਿਆ ਨਾ ਇਹ ਕਰੈਕਟਰ ਕਰਕੇ, ਮੇਰਾ ਜਿਹੜਾ ਕਰੈਕਟਰ ਹੈ ਉਹਦਾ ਨਾਮ ਰੂਪ ਆ, ਹੈ ਨਾ, ਅਤੇ ਰੂਪ ਮੈਨੂੰ ਲੱਗਦਾ ਹੈ ਕਿ ਰੂਪ ਦੇ ਇੰਨੇ ਸਾਰੇ ਸ਼ੇਡਸ ਨੇ ਨਾ, ਤੁਸੀਂ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ, ਤੁਹਾਨੂੰ ਰੂਪ 'ਤੇ ਪਿਆਰ ਵੀ ਬਹੁਤ ਆਊਗਾ, ਰੂਪ ਤੁਹਾਨੂੰ ਪਿਆਰੀ ਵੀ ਲੱਗੂਗੀ, ਤੁਹਾਨੂੰ ਗੁੱਸਾ ਵੀ ਆਊਗਾ, ਤੁਹਾਨੂੰ
तरस भी आऊगा, अलग अलग शेड्स ने, हाँ सब कुछ है, मतलब कंप्लीट पैकेज आ, रूफ भी कंप्लीट पैकेज आ, मूवी भी कंप्लीट पैकेज आ। सीन चैलेंजिंग सीन होंगे कई बार ना, कई बार फिल्म बहुत सारे ऐसे, नो डाउट तुम्हें लिखी या रिटर्न थोड़ा माइंड सैटअप उधर बनया होंगे कि इन इस तरीके ने करना, डायरेक्टर भी तुम हो ना, बट फिर भी कई है ना ऑन द सैट चैलेंजिंग सीन बन जाते ऐसा कुछ सीन फिल्म। हाँ जी ये काफ़ी सी इदा के, हाँ जी जिद इन की लड़ाई होंगी सीन चैलेंजिंग सगा, एक जगह पर जिमें इन करैक्टर का नाम नेक है, तो एक साढ़े होर बहुत वधिया एक्टर ने फिल्म करणवीर खुल्लर, उन्होंने करैक्टर का नाम दिलराज है, तो एक सीन दे विच नेक ते दिलराज की मीटिंग है, तो वो डायलॉग्स बहुत सटल करने से कि भी ना तो वह डाउन जाए ना ये करैक्टर नेक का डाउन जाए ना वो इन्ना ओवरशैडो कर जाए इनू ना वो कर, सो बैलेंस वो ज बड़ा चैलेंजिंग सीगा, तो फिर उन्होंने हर सीन में एक यहोजे नोट पर छड़ना कि जिहड़ा थोनों एक थॉट दे के जाए, सो चीज़ा होंदियां चैलेंजिंग, यही ब्यूटी है इस काम की। अच्छा भाजी तुम जिमें म्यूजिक किया, नो डाउट सोंग्स तो सोंग्स भी किए, बैकग्राउंड म्यूजिक भी किया है ना, बैकग्राउंड म्यूजिक बहुत तगड़ी छाप छड़ता हूँ हर एक दे दिमाग के माइंड, जो आप फिल्म देखते हैं क्योंकि ऑलराउंड सारी फिल्म उ चलना हूँ है ना, तो जो सोंग्स बनाए या जो तुम्हें स्टोरी पता लगी एडा कॉन्सैप्ट किमें शुरू होया कि आप यार बेस यही रखना म्यूजिक, नो डाउट बहुत लोगों को जानना होना जो म्यूजिक करते हैं। सर अं पहला जिस फस्ट डे तो अभी मतलब स्टार्ट नाल गए सारे, तो साढ़े प्रोड्यूसर रितेश भाजी, साढ़े प्रोड्यूसर बत्रा जी, प्रोड्यूसर साढ़े सौरभ भाजी, अस सारे पहले दिन तो कट्ठे सके, तो असं पहले दिन तो मतलब प्लैनिंग करके चलते जी असं एक काम करना है इदा करना है, वो स्टार्टिंग तो ही साढ़ा थीम सगा कि मतलब इस तरह का काम करना है, तो सब ने मिलजुल के अच्छा काम किया सब ने, हूँ बाकी हूँ 16 तरीक नूं पता लग जूगा सब। तो अपना फ्लेवर वैसे की है, मतलब जो थोड़ा मैं पूछना हो फ्लेवर सर, मेरे हाल तक सैड रोमांटिक गाने ही हिट हुए सारे तो मेरा फ्लेवर सैड रोमांटिक है। तुसी भाई जिवें हुण इहदे विच एक्शन आ, नो डाउट रोमांस आ, टुट्टे आशक भी कह सकते हैं, आपां कह सकते कि नहीं कह सकते, हाँ टुट्टे आशक है तेरे, वो किहड़ा गाना सी, वो आशक नूं अज वी चेते आउनी है, किहड़ा गाना सी ना एक बड़ा फिल्म दा गाना नहीं, एक गाना मतलब वो गल अचानक जहन च आ गया है ना, करमा मारे आशक, हाँ करमा मारा आशक कह सकते तुसी, ते हाँ जी अगे। बट आफ्टर दैट तुसी काफ़ी टाइम बाद फिल्मा चाह रहे हो आए हो हुण है ना, तो जो फीचर कर रहे हो तो फीचर दे नो डाउट अलग थॉट्स होंगे, तुसी सोंग्स गाने बड़े किए हुए है ना, तो गाने दे विच नो डाउट तुहानू लोगों ने देखा हुआ जाने पछाने चेहरा अपना है, तो असी भी शायद उदो तो सिर्फ टीवी देखते होंगे जो अभी थोड़े गाने देखते होंगे, न्याणे ना कह दो कि न्याणे, मैं कह लगे थे मैं नहीं भाई फिर मैं यही कहता, मैं नहीं आप मतलब टीवी देखते होंगे गाने थोड़े, तो चलो ठीक है ते नहीं यार वो अपना एक्सपीरियंस अड से गाण का, सीरियल हिंदी कितने वो अड है, सिनेमा एक अड ही चीज़ है ना, सिनेमा स्पैशल लोगों ने टिकट है ना खरीद के देखने जानी है, एक 3 घंटे 2 घंटे 2.5 घंटे इंजॉय करना सिर्फ फोकस करके, तो वो एक अलग ही जड़ा स्वाद है ना सिनेमे का, सो इसलिए बनाई है तो सिनेमे लिए बनाई है फिल्म, और ये सच्ची दसा ये फिल्म जी फिल्म का स्वाद ना सिनेमे ही आना जिदा ये फिल्म बनाई है, क्योंकि ये जो गाने हैं फिल्म के जो एक एक डायलॉग आ मीनिंगफुल ठीक है, तो एक एक सीन है इमोशनस जोड़े देखते अखा चो वे पर्दे समझ आएंगे है ना, वो स्वाद आना वो आप मोबाइल पर देखा बाद, नो डाउट चलो बाद जो भी आऊगी आऊगी है ना, बट वो थिएटर थिएटर ही है ना सिनेमा, इसलिए जो मोबाइल पर भी देखूगा ना बाद उदों भी यही चीज़ सोचूगा भी इन्हें सिनेमे देखनी सी, इसलिए असं बाद च ही इस चीज़ को पछताइए तो आप पहले सिनेमा जाके देखिए, 16 दिसंबर फिल्म लग रही है अपनी, एक गल होर OTT ते बहुत जल्दी नहीं आनी फिल्म ये बाद मोबाइल पर भी बहुत छेती नहीं मिलना, कहें कई अजकल की आप सोच लेंगे कि भाई चल यार हफ्ते बाद आई जानी है ना, इदा नहीं है ये हफ्ते बाद नहीं आनी, ये बहुत टाइम बाद आनी है, और एवं नहीं है मैं बोलने कह रहा वाकई बहुत टाइम बाद आनी है, तो मेरे हिसाब से जी जिदा भाई ने कहा कि बाद भी वह है ना, एक हों नहीं कि बंद यार काश यार आप सिनेमा का नज़ारा, सिनेमा का जो टेस्ट आ फ्लेवर है वो सिनेमा ही है ना, सिनेमा जो थिएटर के आप जाते हैं फैमिली का जाते हैं फ्रेंड्स का जाने, बट वह नज़ारा तो वह एक व्यूअरशिप एक अलग वक्री नज़ारा, गूज़बम्स सोचो म्यूजिक सुन के ट्रेलर देख के लोगों जो रिव्यू सानू मिले है ना गाने सुन के कि बई गूज़बम्स आ रहे है ना, सिर्फ मोबाइल के उत्ते सोचो थिएटर च की हाल होगा, बिल्कुल है ना, तो वो थिएटर का मज़ा भाई 16 दिसंबर नहीं है फिर साडा, सच्ची दसीए असं इन्ने ज़्यादा सीरीयस सी ना इस प्रोजेक्ट नू लेके, साडा खान वल होटल वल किन्नी वारी इदा होया कि लंच ब्रेक हो पई है डिनर ब्रेक हो पई है, इस कुड़ी नू पता ही नहीं कि लंच ब्रेक हो खाना भी खाना आ या डिनर करना जो कुछ भी है,
ਉਹਨੂੰ ਕਹਿਣਾ ਪੈਂਦਾ ਸੀ ਬਸ ਇਹਦੇ ਕੋਲ ਬਸ ਇਹ ਸੀਗਾ ਸਕ੍ਰਿਪਟ ਲੈ ਕੇ ਬੈਠੀ ਹੁੰਦੀ ਸੀਗੀ ਇਹਨੇ ਕਿੰਨੇ ਦਿਨ ਤੱਕ ਇੱਕ ਸਾਡਾ ਬਹੁਤ ਵੱਡਾ ਸੀਨ ਸੀਗਾ 7-8 ਮਿੰਟ ਦਾ ਲਗਾਤਾਰ ਇੱਕ 1 ਟੇਕ 'ਚ ਅਸੀਂ ਉਹ ਕਰਨਾ ਸੀਗਾ ਭਾਈ ਨੇ ਕਿਹਾ ਸੀਗਾ 1 ਸ਼ੋਟ ਆਪਾਂ ਕਰਨਾ ਵਾ ਅਤੇ ਉਹ ਕੀਤਾ ਵੀ ਆ ਬਾਅਦ 'ਚ ਬਟ ਉਹਦੇ ਲਈ ਉਹ ਕੀਤਾ ਸੀ ਬਹੁਤ ਬਾਅਦ 'ਚ ਆ ਪਰ ਇਹਨੇ ਉਸ ਟੈਨਸ਼ਨ ਇਹਨੇ ਪਹਿਲਾਂ ਤੋਂ ਲਈ ਹੋਈ ਸੀਗੀ ਕਿ ਬਾਈ ਮੈਂ ਕਿੱਦਾਂ ਕਰੂੰਗੀ ਕਿੱਦਾਂ ਉਸੇ ਚੱਕਰ 'ਚ ਇਹਨੇ ਕਿੰਨੇ ਦਿਨ ਆਊਟ ਫੋਕਸ ਸੀਗੀ ਮਤਲਬ ਸਮਝ ਰਹੇ ਹੋ ਕੋਈ ਖਾਣਾ ਨਹੀਂ ਕੋਈ ਕੁਛ ਨਹੀਂ ਕੋਈ ਧਿਆਨ ਨਹੀਂ ਕਹਿ ਕੇ ਮਤਲਬ ਕਹਿਣਾ ਪੈਂਦਾ ਸੀ ਯਾਰ ਉਹ ਮਲੀ ਨਾ ਉਹ ਲੰਚ ਬ੍ਰੇਕ ਹੋ ਗਈ ਹੈ ਰੋਟੀ ਖਾਣੀ ਨਹੀਂ ਨਹੀਂ ਤੁਸੀਂ ਖਾ ਲਓ ਮੈਂ ਮੈਨੂੰ ਭੁੱਖ ਨਹੀਂ ਮੇਰਾ ਧਿਆਨ ਨਹੀਂ ਮਤਲਬ ਐਡੀ ਡੈਡੀਕੇਸ਼ਨ ਦੇ ਨਾਲ ਇਹਨੇ ਕੰਮ ਕੀਤਾ ਕੁੜੀ ਨੇ ਤਾਰੀਫਾਂ ਵਾਲੀ ਗੱਲਾਂ ਹੋ ਗਈਆਂ ਇੱਕ ਸਾਡੀ ਫਿਲਮ ਦਾ ਲਾਸਟ ਸ਼ੋਟ ਸੀਗਾ ਨਵੀਂ ਦਾ ਅਤੇ ਮੋਲੀਨਾ ਦਾ ਉਹ ਲਾਸਟ ਸ਼ੋਟ ਐਸਾ ਸੀਗਾ ਕਿ ਮੋਲੀਨਾ 5 ਘੰਟੇ ਇੱਕੋ ਜਗ੍ਹਾ ਖੜੀ ਹੈ ਨਵੀਂ ਭਾਜੀ ਹਰੇ ਦਾ ਜੋ ਸ਼ੋਟ ਉਹ ਚੱਲ ਰਿਹਾ ਇਹ 5 ਘੰਟੇ ਆਪਣੇ ਕਰੈਕਟਰ 'ਚੋਂ ਬਾਹਰ ਨਹੀਂ ਨਿਕਲੀ 5 ਘੰਟੇ ਬਾਅਦ ਜਿਸ ਟਾਈਮ ਸ਼ੋਟ ਖਤਮ ਹੋਇਆ ਸਭ ਮਤਲਬ ਉੱਥੇ ਕਲੈਪਿੰਗਸ ਕਰ ਰਹੇ ਸੀਗੇ ਮਤਲਬ 20 ਮਿੰਟ ਕਲੈਪਿੰਗ ਹੋਈ ਉਸ ਹੁਣ ਤੁਹਾਨੂੰ ਮੈਂ ਉਹ ਵੀ ਦੱਸਦਾ ਇਹਨੇ ਨਾ ਮੈਨੂੰ ਉਸ ਤੋਂ ਉਹ ਸੀਨ ਜਿਹੜਾ ਬਾਈ ਦੀ ਗੱਲ ਕਰ ਰਹੇ ਹੋ ਨਾ ਆਪਾਂ ਚਲੋ ਗੱਲ ਨਹੀਂ ਕਰਾਂਗੇ ਕਿਹੜਾ ਸੀਨ ਉਹ ਬਹੁਤ ਮਤਲਬ ਇਸ ਫਿਲਮ ਦਾ ਸਭ ਤੋਂ ਵੱਡਾ ਸੀਨ ਇੰਪੋਰਟੈਂਟ ਸੀਨ ਬਟ ਉਹ ਤੋਂ ਇੱਕ ਰਾਤ ਪਹਿਲਾਂ ਹੀ ਉਹ ਸੀਨ ਹੋ ਕੇ ਹਟਿਆ ਸੀ ਜਿਹਦੀ ਮੈਂ ਪਹਿਲਾਂ ਗੱਲ ਨਹੀਂ ਕੀਤੀ 7 ਮਿੰਟ ਦਾ ਅਤੇ ਉਹ ਸੀਨ ਹੋਇਆ ਇਹਨੇ ਮੈਨੂੰ ਦੇਖਿਆ ਕਿ ਯਾਰ ਤੁਸੀਂ ਮਤਲਬ ਥੋੜ੍ਹੀ ਉਹ ਹੋਈ ਪ੍ਰਭਾਵਿਤ ਕਿ ਬਈ ਤੁਸੀਂ ਯਾਰ ਰੀਅਲ ਰੋ ਰਹੇ ਹੋ ਹੈ ਨਾ ਅਸ ਹਾਂਜੀ ਅਤੇ ਬਹੁਤ ਹੈ ਨਾ ਤੁਸੀਂ ਐਜ਼ ਅ ਕੋ ਐਕਟਰ ਕੰਮ ਕੀਤਾ ਵਾ ਹੈ ਨਾ ਅਤੇ ਅਟੈਚਮੈਂਟ ਇਜ਼ ਡਿਫਰੈਂਟ ਹੈ ਨਾ ਅਟੈਚਮੈਂਟ ਵੀ ਹੋ ਜਾਂਦੀ ਹੈ ਨੋ ਡਾਊਟ ਹੈ ਨਾ ਕਿਤੇ ਨਾ ਕਿਤੇ ਚਲੋ ਆਪਾਂ ਕਿਸੇ ਨਾਲ ਟਾਈਮ ਸਪੈਂਡ ਕਰਦੇ ਅਟੈਚਮੈਂਟ ਆ ਜਾਂਦੀ ਆ ਬਟ ਫਿਰ ਵੀ ਪਿਆਰ ਮੇਰੇ ਲਈ ਪਿਆਰ ਇਹ ਹੈ ਕਿ ਬਈ ਮੈਨੂੰ ਮੈਂ ਜੋ ਮੈਂ ਪਰਸਨਲੀ ਫੀਲ ਕਰਦਾ ਕਿ ਜੇ ਮੈਨੂੰ ਮੈਂ ਇਹ ਫੀਲ ਕਰਾਂਗਾ ਯਾਰ ਜੇ ਜਿਹੜਾ ਪੇਨ ਉਹਨੂੰ ਇਸ ਟਾਈਮ ਹੋ ਰਿਹਾ ਅਗਰ ਉਹ ਮੈਨੂੰ ਹੋ ਰਿਹਾ ਹੁੰਦਾ ਤਾਂ ਮੈਂ ਕਿੱਦਾਂ ਫੀਲ ਕਰਦਾ ਜਾਂ ਕਈ ਵਾਰੀ ਤਕਰੀਬਨ ਇੱਦਾਂ ਹੁੰਦਾ ਕਿ ਜਦੋਂ ਕਿਸੇ ਸਾਹਮਣੇ ਵਾਲੇ ਬੰਦੇ ਨੂੰ ਕੁਛ ਦੁੱਖ ਹੁੰਦਾ ਹੈ ਨਾ ਕੁਛ ਵੀ ਇੱਦਾਂ ਉਸ ਚੀਜ਼ 'ਚੋਂ ਗੁਜ਼ਰ ਰਿਹਾ ਹੁੰਦਾ ਜਿੱਦਾਂ ਹੁਣ ਭਾਅ ਜੀ ਦੀ ਨਾ ਅੱਖ ਕੱਲ੍ਹ ਤੋਂ ਠੀਕ ਨਹੀਂ ਹੈ ਨਾ ਅਤੇ ਮੈਨੂੰ ਥੋੜ੍ਹਾ ਬਹੁਤ ਫੀਲ ਹੋ ਰਿਹਾ ਸੀਗਾ ਯਾਰ ਹੈ ਨਾ ਇੱਦਾਂ ਅਗਰ ਮੈਨੂੰ ਇੱਦਾਂ ਹੈ ਨਾ ਜਾਂ ਕੁਛ ਵੀ ਅਤੇ ਮੈਨੂੰ ਲੱਗਦਾ ਇਹ ਸ਼ਾਇਦ ਇਹ ਪਿਆਰ ਹੈ ਮੈਨੂੰ ਲੱਗਦਾ ਔਰ ਇਹ ਪਿਆਰ ਮੈਨੂੰ ਲੱਗਦਾ ਮੇਰਾ ਤਕਰੀਬਨ ਹਰ ਬੰਦੇ ਲਈ ਹੁੰਦਾ ਹੀ ਆ ਚਾਹੇ ਉਹ ਮਲੀਨਾ ਚਾਹੇ ਭਾਜੀ ਕੋਈ ਵੀ ਆ ਇਹ ਅਗਰ ਇਹ ਅਟੈਚਮੈਂਟ ਇਹਨੂੰ ਤੁਸੀਂ ਕਹਿ ਲਓ ਜਾਂ ਇਹਨੂੰ ਪਿਆਰ ਕਹਿ ਲਓ ਜਾਂ ਕਿਸੇ ਦੀ ਕੇਅਰ ਲਾ ਲਓ ਹੈ ਨਾ ਅਤੇ ਵੈਸੇ ਤਾਂ ਆਪਾਂ ਕਦੀ ਉਹਨੂੰ ਉਹ ਕਰ ਹੀ ਨਹੀਂ ਸਕਦੇ ਨਾ ਕਿ ਪਿਆਰ ਦੀ ਪ੍ਰੋਪਰਲੀ ਹੈ ਨਾ ਕਿ ਹਾਂ ਡੈਫੀਨੇਸ਼ਨ ਹੈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਇਹ ਪਿਆਰ ਹੈ ਜੋ ਆਪਾਂ ਕਿਸੇ ਦੇ ਪ੍ਰਤੀ ਕੁਛ ਫੀਲ ਕਰਦੇ ਹਾਂ ਉਹਦਾ ਦਰਦ ਆਪਾਂ ਵੀ ਮਹਿਸੂਸ ਕਰਦੇ ਹਾਂ ਇਹ ਪਿਆਰ ਸੱਟ ਵੇਖ ਮੈਂ ਵੀ ਰੋ ਪੈਂਦਾ ਸੀ ਤੇਰੀ ਅੱਖ 'ਚ ਲਾਲੀ ਅਤੇ ਰੜਕ ਮੇਰੇ ਪਾ ਵੀ ਕੁਛ ਇੱਦਾਂ ਦਾ ਹੈ ਨਾ ਕੁਛ ਉਹ ਵੀ ਉਹ ਪਿਆਰ ਹੀ ਤੁਸੀਂ ਮਿਊਜ਼ਿਕ ਬਣਾਉਂਦੇ ਨੋ ਡਾਊਟ ਜਦੋਂ ਆਪਾਂ ਮਿਊਜ਼ਿਕ ਬਣਾਉਂਦੇ ਹਾਂ ਤਾਂ ਫਸਟ ਆਫ ਆਲ ਤੁਹਾਨੂੰ ਵੀ ਉਹ ਮਿਊਜ਼ਿਕ ਲਿਰਿਕਸ ਨੂੰ ਫੀਲ ਕਰਨਾ ਪੈਂਦਾ ਹੈ ਨਾ ਅਤੇ ਤੁਸੀਂ ਕਿੱਦਾਂ ਕਿਵੇਂ ਦੇਖਦੇ ਹੋ ਪਿਆਰ ਮੇਰੇ ਤਾਂ ਪਿਆਰ ਵੈਸੇ ਬਹੁਤ ਜ਼ਿਆਦਾ ਮੈਂ ਸਭ ਨੂੰ ਪਿਆਰ ਕਰਦਾ ਅੱਛਾ ਮੇਰੀ ਗੱਲ ਸੁਣੋ ਪਿਆਰ ਵੀ ਮਤਲਬ ਵਰਜ਼ਨ ਕਿਹੜੇ ਕਿਹੜੇ 'ਚ ਮੇਲ ਜਾਂ ਫੀਮੇਲ 'ਚ ਭਾਜੀ ਪਿਆਰ ਮਤਲਬ ਨਾ ਕੋਈ ਵਰਜ਼ਨ ਨਹੀਂ ਹੁੰਦਾ ਕਿ ਤੁਸੀਂ ਕੋਈ ਕਿਸੇ ਤੁਹਾਡੀ ਗਰਲਫ੍ਰੈਂਡ ਵੀ ਹੈ ਤੁਹਾਡਾ ਦੋਸਤ ਵੀ ਹੈ ਅਤੇ ਮਦਰ ਫਾਦਰ ਵਾਲ ਤਾਂ ਉਹ ਤਾਂ ਪਿਆਰ ਡਿਫਰੈਂਟ ਹੀ ਹੁੰਦਾ ਉਹ ਕੋਈ ਪਿਆਰ ਨਹੀਂ ਹੁੰਦਾ ਉਹ ਮਤਲਬ ਨੈਕਸਟ ਲੈਵਲ ਚੀਜ਼ ਹੁੰਦੀ ਹੈ ਉਹਦਾ ਕੋਈ ਉਹ ਨਹੀਂ ਹੁੰਦਾ ਇਹਦਾ ਕੋਈ ਰੀਜ਼ਨ ਨਹੀਂ ਹੁੰਦਾ ਕਿ ਕੋਈ ਕੁੜੀ ਹੈ ਜਾਂ ਮੁੰਡਾ ਹੈ ਪਿਆਰ ਪਿਆਰ ਹੈ ਲਓ ਜੀ ਤਾੜੀਆਂ ਹੋ ਗਈਆਂ ਇਸ ਗੱਲ ਦੀਆਂ ਇਹ ਬਹੁਤ ਵੱਡੀ ਇਹ ਗੱਲਾਂ ਐਵੇਂ ਵਾਇਰਲ ਕਰ ਦੇਣੀਆਂ ਸੀ ਇਹ ਰੀਲਾਂ ਬਣਾ ਬਣਾ ਚਲਾ ਦੇਣੀਆਂ ਸੀ ਸਹੀ ਦੱਸਾਂ ਬਈ ਪਿਆਰ ਆਪਾਂ ਕਹਿ ਤਾਂ ਰਹੇ ਹਾਂ ਪਿਆਰ ਅੱਜ ਤੱਕ ਮੈਨੂੰ ਲੱਗਦਾ ਕੋਈ ਉਦਾਹਰਨ ਸਹੀ ਤਰੀਕੇ ਨਾਲ ਦੇ ਹੀ ਨਹੀਂ ਪਾਇਆ ਆ ਗਏ ਪਿਆਰ ਦੀ ਉਦਾਹਰਨ ਜਿਹੜੀ ਜਿਵੇਂ ਜੋ ਕੁਦਰਤ ਹੈ ਨਾ ਜੋ ਨੇਚਰ ਹੈ ਜੋ ਮਦਰ ਅਰਥ ਹੈ ਨਾ ਉਹ ਹੋਰ ਜਿੰਨੇ ਵੀ ਤੁਸੀਂ ਦੁਨੀਆਂ 'ਤੇ ਪਿਆਰ ਦੇਖੋਗੇ ਨਾ ਈਵਨ ਕਿ ਬੰਦਾ ਅਗਰ ਰੱਬ ਨੂੰ ਵੀ ਪਿਆਰ ਕਰਦਾ ਨਾ ਤਾਂ ਉਹਦੇ ਤੋਂ ਐਕਸਪੈਕਟ ਕਰਦਾ ਕੁਛ ਨਾ ਕੁਛ ਮੇਰੀ ਮੁਰਾਦ ਪੂਰੀ ਕਰੂਗਾ ਚਾਹੇ ਇਨਸਾਨ ਨੂੰ ਪਿਆਰ ਕਰਦਾ ਤਾਂ ਮੈਨੂੰ ਇਹ ਵੀ ਮੈਨੂੰ ਪਿਆਰ ਕਰੂਗਾ ਹੈ ਨਾ ਉਹ ਐਕਸਪੈਕਟ ਕਰਦਾ ਕਿ ਮੈਨੂੰ ਰਿਟਰਨ 'ਚ ਕੁਛ ਨਾ ਕੁਛ ਮਿਲੂਗਾ ਉਹ ਚਾਹੇ ਛੋਟੀ ਚੀਜ਼ ਹੋਵੇ ਚਾਹੇ ਵੱਡੀ ਹੋਵੇ ਪਰ ਜਿਹੜੀ ਕੁਦਰਤ ਆ ਮਦਰ ਅਰਥ ਹੈ ਨਾ ਉਹ ਇਹ ਵੀ ਨਹੀਂ ਕਹਿੰਦੀ ਕਿ ਮੈਨੂੰ ਪ੍ਰੋਟੈਕਟ ਕਰੋ ਉਹ ਤਾਂ ਵੀ ਸਾਰਾ ਕੁਛ ਇੰਨੇ ਸਾਲਾਂ ਤੋਂ ਸਦੀਆਂ ਤੋਂ ਦੇਈ ਜਾ ਰਹੀ ਹੈ ਦੇਈ ਜਾ ਰਹੀ ਉਹ ਅਨੰਤ ਦਰਿਆ ਅਨੰਤ ਫਲ ਫਰੂਟ ਸਭ ਕੁਛ ਬਸ ਉਹ ਵਗੀ ਜਾ ਰਿਹਾ ਵਿਦਾਊਟ ਐਨੀ ਯੂ ਨੋ ਐਕਸਪੈਕਟਿੰਗ ਰਿਟਰਨ ਸੋ ਉੱਦਾਂ ਦਾ ਪਿਆਰ ਤਾਂ ਕੋਈ ਕਰ ਨਹੀਂ ਸਕਦਾ ਅਗਰ ਹੋਵੇ ਤਾਂ ਉੱਡਾ ਹੋਵੇ ਬੇਸਿਕਲੀ ਜਿੱਦਾਂ ਭਗਤੀ ਦੀ ਗੱਲ ਕੀਤੀ ਹੈ ਨਾ ਭਗਤੀ ਦੇ ਪਿਆਰ ਭਗਤੀ ਤਾਂ ਮੈਨੂੰ ਲੱਗਦਾ ਭਗਤੀ ਤਾਂ ਉਹ ਆ ਆਪਾਂ ਬਿਨਾਂ ਉਮੀਦ ਤੋਂ ਹੈ ਨਾ ਮੰਨ ਲਓ ਚਾਹੇ ਇਨਸਾਨ ਆ ਚਾਹੇ ਰੱਬ ਆ ਮੰਨ ਲਓ ਆਪਾਂ ਰੱਬ ਦੀ ਆਰਾਧਨਾ ਕਰਦੇ ਹਾਂ ਪਰ ਆਪਾਂ ਮੰਗੀਏ ਨਾ ਕੁਛ ਆਪਾਂ ਸਿਰਫ ਪਿਆਰ ਨਾਲ ਉਹਦੀ ਆਰਾਧਨਾ ਕਰੀਏ ਹੈ ਨਾ ਉਹਦਾ ਨਾਮ ਜਪੀਏ ਜਾਂ ਇੱਦਾਂ ਹੀ ਇਨਸਾਨ ਆ ਇਨਸਾਨ ਤੋਂ ਆਪਾਂ ਉਮੀਦ ਨਾ ਰੱਖੀਏ ਪਰ ਬਹੁਤ ਰੇਅਰ ਹੁੰਦਾ ਨਾ ਕੁਛ ਤਾਂ ਲੋਕ ਹੈਗੇ ਵੀ ਇੱਦਾਂ ਦੇ ਹੁੰਦੇ ਵੀ ਆ ਕਿ ਜਿਹੜੇ ਮੰਗਦੇ ਹੀ ਨਹੀਂ ਬਿਲਕੁਲ ਜਾਂ ਠੀਕ ਹੈ ਕਿ ਵੀ ਮੰਗਦੇ ਹੀ ਨਹੀਂ ਬਸ ਉਹ ਰੱਬ ਰੱਬ ਕਰਦੇ ਔਰ ਇਨਸਾਨ ਵੀ ਇੱਦਾਂ ਦੇ ਹੁੰਦੇ ਆ ਕਿ ਯਾਰ ਉਹਦੀ ਖੁਸ਼ੀ 'ਚ ਮਤਲਬ ਜੀ ਰਹੇ ਹੁੰਦੇ ਹੈ ਨਾ ਉਹਨੂੰ ਕੀ ਪਸੰਦ ਆ
ਆਪ ਨੂੰ ਕੀ ਪਸੰਦ ਆ ਉਹ ਕੋਈ ਮੈਟਰ ਨਹੀਂ ਕਰਦਾ, ਮੈਨੂੰ ਲੱਗਦਾ ਇਹ ਭਗਤੀ ਵਰਡ ਇਹਦੇ ਇਹ ਇਹਨੂੰ ਬੋਲਿਆ ਜਾ ਰਿਹਾ ਹੈ ਨਾ, ਲੈਣ ਦੀ ਆਸ ਰੱਖੀ ਤਾਂ ਪਿਆਰ ਕੀਤਾ ਤਾਂ ਕੀ ਕੀਤਾ, ਤਾਂ ਫਿਰ ਸੌਦਾ ਹੋ ਗਿਆ ਨਾ, ਰਿਟਰਨ 'ਚ ਕੁਛ ਵੀ ਮਿਲੇ ਤਾਂ ਸੌਦਾ ਹੋ ਗਿਆ। ਚਲੋ ਇਹ ਪਿਆਰ ਇਹ ਇੱਥੋਂ ਪਹਿਲਾਂ ਲੱਗਦਾ ਕਿ ਪਿਆਰ ਦੀ ਡੈਫੀਨੇਸ਼ਨ ਨਹੀਂ ਹੈ, ਬਟ ਹਰ ਇੱਕ ਦੀ ਆਪਣੇ ਆਪਣੇ ਅਕੋਰਡਿੰਗਲੀ ਪਰਿਭਾਸ਼ਾ ਹੁੰਦੀ ਆ, ਐਂਡ ਲੋਇਲਟੀ ਰਹੋ ਆਪਣੇ। ਚਲੋ ਰਹਿਣ ਦੋ ਇਹਦੇ 'ਤੇ ਮੈਂ ਡਿਸਕਸ਼ਨ ਨਹੀਂ ਕਰਦਾ ਚਾਹੁੰਦਾ, ਹਾਂ ਬਟ ਉਹ ਫਿਲਮ ਤੋਂ ਮੈਨੂੰ ਨਾ ਐਕਚੁਲੀ ਜਦੋਂ ਮੈਂ ਟ੍ਰੇਲਰ ਦੇਖਿਆ ਭਾਈ ਅਤੇ ਉਹ ਫਿਲਮ ਦਾ ਮਿਊਜ਼ਿਕ ਬਹੁਤ ਵਧੀਆ, ਐਂਡ ਟ੍ਰੇਲਰ ਦੇ ਜਿਸ ਅਕੋਰਡਿੰਗ ਡਾਇਲੋਗਸ ਆ, ਉਸ ਤੋਂ ਬਾਅਦ ਹੈ ਨਾ ਉਹ ਜਿਵੇਂ ਪਹਿਲਾਂ ਆਪਸ 'ਚ ਬੌਂਡ ਹੁੰਦਾ, ਫਿਰ ਕੁੜੀ ਕਹਿੰਦੀ ਕਿ ਤੈਨੂੰ ਮੇਰੇ ਜਿੰਨਾ ਤੈਨੂੰ ਪੈਸਾ ਉਹਨੇ ਦੇ ਦੇਣਾ, ਜੋ ਟ੍ਰੇਲਰ 'ਚ ਮੈਂ ਟ੍ਰੇਲਰ ਡਾਇਲੋਗ ਬੋਲ ਰਿਹਾ, ਮੈਂ ਅੱਗੇ ਫਿਲਮ ਨੂੰ ਮੈਂ ਦੇਖੀ ਨਹੀਂ ਹਾਲੇ ਹੈ ਨਾ, ਅਤੇ ਉਸ ਅਕੋਰਡਿੰਗ ਚਲੋ ਪਰ ਡਿਸਕਸ ਹੋ ਗਿਆ, ਅੱਛੀ ਗੱਲ, ਮੈਨੂੰ ਵਧੀਆ ਲੱਗਾ। ਵਧੀਆ ਹੁਣ ਠੀਕ ਹੋ ਤੁਸੀਂ? ਹਾਂ ਵਧੀਆ ਵਧੀਆ, ਦੇਖ ਕੇ ਆਇਓ ਫਿਰ ਪਤਾ ਲੱਗੂਗਾ ਕੀ ਹੁੰਦਾ, ਤੁਸੀਂ ਟ੍ਰੇਲਰ ਦੇਖ ਕੇ ਹਾਲੇ ਜੱਜ ਨਹੀਂ ਕਰ ਸਕਦੇ। ਚ ਸੋਚਦੇ ਹੁਣ ਕਿ ਟ੍ਰੇਲਰ 'ਚ ਅੱਛਾ ਯਾਰ ਹੈ ਨਾ, ਪਤਾ ਲੱਗ ਜਾਂਦਾ ਨਾ ਕਿ ਅੱਛਾ ਆਹ ਕਹਾਣੀ ਹੋਣੀ ਹੈ ਨਾ, ਬਟ ਨਹੀਂ ਉਸ ਤੋਂ ਓਪੋਜ਼ਿਟ ਹੋਣਾ। ਤਾਂ ਡੈਫੀਨੇਟ ਤੁਹਾਨੂੰ ਪਤਾ ਕੁਛ ਰੱਖਿਆ ਹੋਣਾ ਤੁਸੀਂ ਵਿੱਚ, ਲੁਕੋ ਕੇ ਕਿਉਂ ਸਾਰੀਆਂ ਚੀਜ਼ਾਂ ਯਾਰ ਥੋੜ੍ਹੀ ਦਿਖਾਵਾਂਗੇ ਹੈ ਨਾ, ਟ੍ਰੇਲਰ ਹਾਲੇ ਕੁਛ ਵੀ ਨਹੀਂ ਹੈ। ਟ੍ਰੇਲਰ ਤਾਂ ਤੁਸੀਂ ਸੋਚੋ ਜਸਟ ਤੁਹਾਨੂੰ ਇੱਕ ਆਈਡੀਆ ਦਿੱਤਾ ਕਿ ਹਾਂ ਯਾਰ ਤੁਹਾਡੇ ਦਿਲ ਨੂੰ ਟੱਚ ਕਰ ਸਕਦੀ ਫਿਲਮ ਹੈ ਨਾ, ਉਹ ਟੱਚ ਕਰਨੀ ਆ ਜੋ ਤੁਸੀਂ ਦੇਖਣੀ ਹੈ ਨਾ ਪੂਰੀ। ਪਰ ਚਲੋ ਸਾਡੇ ਸਾਰੇ ਦੀ ਵਿਸ਼ਿਸ਼ ਤੁਹਾਡੇ ਨਾਲ ਹੈ, ਐਂਡ ਬਹੁਤ ਅੱਛਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ, ਬੜਾ ਖੁੱਲ੍ਹ ਕੇ ਗੱਲਬਾਤ ਕੀਤੀ, ਐਂਡ ਤੁਹਾਡੀਆਂ ਆਪਣੀਆਂ ਪੋਜ਼ਿਟਿਵ ਵਾਈਬਸ ਆ ਸਾਰੀਆਂ ਦੀਆਂ ਪੂਰੀ ਟੀਮ ਦੀਆਂ ਹੈ ਨਾ, ਅਤੇ ਉਹਦੇ ਨਾਲ ਜਿਹੜੀ ਪੋਜ਼ਿਟਿਵ ਵਾਈਬਸ ਜਿਹੜੀਆਂ ਉਹ ਸਾਰੇ ਤੱਕ ਫੈਲਦੀਆਂ ਹੁੰਦੀਆਂ, ਇਹ ਵਾਈਬਸ ਇੱਕ ਇਹੀ ਵਾਈਬਸ ਹੀ ਹੁੰਦੀਆਂ ਪੋਜ਼ਿਟਿਵ ਵਾਈਬਸ ਨਾਲ, ਬੜਾ ਅੱਛਾ ਲੱਗਾ, ਐਂਡ ਆਲ ਦਾ ਬੈਸਟ ਤੁਹਾਨੂੰ ਸਾਰਿਆਂ ਨੂੰ ਫੋਰ ਦਾ ਫਿਲਮ। ਸੋ 16 ਦਸੰਬਰ ਨੂੰ ਫਿਲਮ ਲੱਗਣ ਜਾ ਰਹੀ ਹੈ ਸਿਨੇਮਾ ਦੇ ਵਿੱਚ, ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤਾਂ ਕੀ ਹੁੰਦਾ ਬਈ? ਮੈਂ ਇੱਥੇ ਨਾ ਹੁੰਦਾ, ਜੇ ਤੁਹਾਡੇ ਨਾਲ ਪਿਆਰ ਨਾ ਹੁੰਦਾ ਨਾ ਤਾਂ ਸੱਚੀ ਇਹ ਫਿਲਮ ਨਹੀਂ ਬਣਦੀ। ਇਹ ਫਿਲਮ ਤੁਹਾਡੇ ਲਈ ਬਣਾਈ ਹੈ ਅਤੇ ਸਾਰੀ ਆਡੀਅੰਸ ਲਈ ਬਣਾਈ ਹੈ ਬਿਲਕੁਲ, ਜੇ ਤੇਰੇ ਨਾਲ ਪਿਆਰ ਨਾ ਹੁੰਦਾ। 16 ਦਸੰਬਰ, ਔਰ ਬਾਕੀ ਰਹੀ ਗੱਲ ਮੌਲੀ ਨਾ, ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤਾਂ ਕੀ ਹੁੰਦਾ? ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤੇ ਔ ਹੁੰਦਾ, ਉਹਨਾਂ ਨੂੰ ਪੁੱਛੋ ਇਹ ਔ ਵਾਲੀ ਕੀ ਕਹਾਣੀ ਆ ਪਹਿਲਾਂ। ਔ ਕੀ ਆ ਬਈ, ਵਾਟ ਇਜ਼ ਦਿਸ ਔ? ਔ ਕਿੰਨੀ ਵਾਰ ਔ ਸੁਣਨ ਨੂੰ ਮਿਲ ਗਿਆ ਹੋਗਾ ਹੈ ਨਾ ਜਦੋਂ ਤੇ ਤੁਸੀਂ ਆਏ। ਬੋਲ ਕੇ ਦਿਖਾਓ ਪਹਿਲਾਂ ਸਾਰੇ। ਕਹਾਣੀ ਕੀ ਆ ਉਹ ਫਿਲਮ ਚ ਪਤਾ ਲੱਗ। 16 ਦਸੰਬਰ ਆਡੀਅੰਸ ਵੀ ਉਹ ਸੀਨ ਦੇਖ ਕੇ ਕਹੂਗੀ। ਸੋ ਗਾਇਸ, 16 ਦਸੰਬਰ ਨੂੰ ਜੇ ਤੇਰੇ ਨਾਲ ਇਸ਼ਕ ਨਾ ਹੁੰਦਾ ਤਾਂ ਕੀ ਹੁੰਦਾ? ਤੇਰੇ ਨਾਲ ਪਿਆਰ ਨਾ ਹੁੰਦਾ ਤਾਂ ਕੀ ਹੁੰਦਾ? ਯਾਰ ਮੈਂ ਇਸ਼ਕ ਕਰ ਲਿਆ, ਪਿਆਰ ਕਰ ਲਿਆ, ਮੁਹੱਬਤ ਕਰ ਲਈ, ਜਿਉਂਦੇ ਰਹੋ, ਵੱਧਦੇ ਰਹੋ, ਖੁਸ਼ ਰਹੋ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੂਅਰ ਪਰਫੈਕਟ ਹਿਊਮਨ।